ਦੇਸ਼ ਵਿਦੇਸ਼ ਦੀ ਧਰਤੀ 'ਤੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਮਾਝ ਕੀ ਵਾਰ, ਜਿਸ ਦੀ 12 ਨੰਬਰ ਪੌੜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਈਆਂ, ਖੋਟੇ ਸੱਟੀਆਂ ਬਾਹਰ ਵਾਰ, ਖੋਟੇ ਸੱਚੀ ਦਰਗਾਹ ਸੁੱਟੀਆਂ, ਕਿਸੇ ਆਗੇ ਕਰੇ ਪੁਕਾਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪੌੜੀ ਦੇ ਅੰਦਰ ਜੋ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਪਰਮਾਤਮਾ ਨੇ ਇਹ ਸੰਸਾਰ ਦੀ ਸਾਜਣਾ ਕੀਤੀ ਹੈ, ਜਗਤ ਸਾਜਿਆ ਹੈ, ਅਤੇ ਜਿਹਨੇ ਇਹਨੂੰ ਬਣਾਇਆ ਹੈ, ਇਹਦੀ ਵਿਚਾਰ ਬੰਦੇ ਦੇ ਮਨੁੱਖ ਦੇ ਚੰਗੇ ਮੰਦੇ ਕਰਮਾਂ ਦਾ ਖਿਆਲ ਉਹ ਆਪ ਹੀ ਰੱਖਦਾ। ਪਹਿਲਾ ਬਚਨ ਆਖਿਆ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ। ਕਹਿੰਦੇ ਪਰਮਾਤਮਾ ਆਪ ਹੀ ਦੁਨੀਆ ਪੈਦਾ ਕਰਕੇ, ਸਾਜਕ ਦਾ ਅਰਥ ਹੈ ਪੈਦਾ ਕਰਕੇ, ਅਤੇ ਵਿਚਾਰ ਦਾ ਅਰਥ ਹੈ ਇਹਨਾਂ ਦਾ ਧਿਆਨ ਰੱਖਦਾ ਹੈ। ਔਰ ਇਹਦੇ ਵਿੱਚ ਕਈ ਜੀਵ, ਇੱਕ ਖੋਟੇ, ਕਈ ਐਸੇ ਨੇ ਜਿਹੜੇ ਖੋਟੇ ਨੇ, ਇੱਕ ਖਰੇ, ਕਈ ਖਰੇ ਨੇ, ਪਰ ਇਹ ਪਰਖ ਕਰਨ ਦਾ ਉਹਨੇ ਜਿਹੜਾ ਹੱਕ ਆ ਉਹ ਕਿਸੇ ਦੂਸਰੇ ਨੂੰ ਨਹੀਂ ਦਿੱਤਾ, ਆਪਣੇ ਕੋਲ ਰੱਖਿਆ। ਕਹਿੰਦੇ ਉਹ ਮਨੁੱਖਤਾ ਭਾਵ ਮਨੁੱਖਤਾ ਦੇ ਮਾਪ ਤੋਂ ਹੌਲੇ ਨੇ, ਅਤੇ ਕਈ ਸ਼ਾਹੀ ਸਿੱਕੇ ਵਾਂਗ ਖਰੇ ਨੇ, ਨਾ ਸਭਣਾ ਦੀ ਪਰਖ ਕਰਨ ਵਾਲਾ ਵੀ ਪਰਮੇਸ਼ੁਰ ਆਪ ਆ, ਕੋਈ ਦੂਜਾ ਨਹੀਂ। ਕੌਣ ਖੋਟਾ ਹੈ, ਕੌਣ ਖਰਾ ਹੈ, ਕੌਣ ਚੰਗਾ ਹੈ, ਕੌਣ ਮੰਦਾ ਹੈ, ਇਹ ਉਸ ਮਾਲਕ ਦੇ ਘਰ ਦੇ ਵਿੱਚ ਪਰਖ ਹੁੰਦੀ ਹੈ। ਕਹਿੰਦੇ ਫਿਰ ਹੁੰਦਾ ਕਿ ਖਰੇ ਖਜ਼ਾਨੇ ਪਾਈਆਂ, ਖੋਟੇ ਸੱਟੀਆਂ ਬਾਹਰ ਵਾਰ, ਪਰਖ ਕਰਨ ਵਾਲਾ ਵੀ ਆਪ ਹੀ ਹੈ। ਕਹਿੰਦੇ ਰੁਪਏ ਆਦਿਕ ਵਾਂਗ ਖਰੇ ਬੰਦੇ ਪ੍ਰਭੂ ਦੇ ਖਜ਼ਾਨੇ ਵਿੱਚ ਪਾਏ ਜਾਂਦੇ, ਅਤੇ ਭਾਵ ਉਹਨਾਂ ਦਾ ਜੀਵਨ ਪ੍ਰਵਾਨ ਹੁੰਦਾ, ਅਤੇ ਖੋਟੇ ਜਿਹੜੇ ਬਾਹਰਲੇ ਪਾਸੇ ਸੁੱਟ ਦਿੱਤੇ ਜਾਂਦੇ। ਜਿਵੇਂ ਆਪਾਂ ਦੁਨਿਆਵੀ ਤੌਰ 'ਤੇ ਵੇਖਦੇ ਹਾਂ, ਆਪਾਂ ਨੂੰ ਪਤਾ ਲੱਗੇ ਵੀ ਇਹ ਕਰੰਸੀ ਅਸਲੀ ਹੈ, ਇਹ ਓਰੀਜਨਲ ਹੈ ਨੋਟ, ਅਤੇ ਆਪਾਂ ਉਹਨੂੰ ਬੰਦਾ ਪਰਸ ਦੇ ਵਿੱਚ ਜਾਂ ਜੇ ਉਹ ਦੁਕਾਨ 'ਤੇ ਬੈਠਾ ਗੱਲੇ 'ਚ ਪਾਉਂਦਾ, ਤਿਜੋਰੀ 'ਚ ਰੱਖਦਾ, ਅਤੇ ਜੇ ਪਤਾ ਹੋਵੇ ਨਕਲੀ ਤਾਂ ਉਹਨੂੰ ਚੁੱਕ ਕੇ ਬਾਹਰ ਸੁੱਟ ਦਿੰਦਾ। ਐਸੇ ਕਹਿੰਦੇ ਜੀਵਨਾਂ ਦੀ ਪਰਖ ਉਸ ਮਾਲਕ ਦੇ ਦਰ 'ਤੇ ਹੁੰਦੀ ਹੈ, ਉਹ ਵੀ ਖੋਟਿਆਂ ਅਤੇ ਖਰਿਆਂ ਦੀ ਪਰਖ ਕਰਦਾ, ਖਰਿਆਂ ਨੂੰ ਆਪਣੇ ਖਜ਼ਾਨੇ ਪਾ ਲੈਂਦਾ, ਅਤੇ ਜਿਹੜੇ ਖੋਟੇ ਆ ਉਹਨਾਂ ਨੂੰ ਚੁੱਕ ਕੇ ਬਾਹਰ ਸੁੱਟ ਦਿੰਦਾ। ਔਰ ਮਹਾਰਾਜ ਅਗਲਾ ਬਚਨ ਕਹਿੰਦੇ ਆ, ਖੋਟੇ ਸੱਚੀ ਦਰਗਾਹ ਸੁੱਟੀਆਂ, ਕਿਸ ਆਗੇ ਕਰੇ ਪੁਕਾਰ। ਕਹਿੰਦੇ ਜਿਹੜੇ ਉਹ ਲੋਕ ਸੱਚੀ ਦਰਗਾਹ ਦੇ ਵਿੱਚੋਂ ਖੋਟੇ ਹੋਣ ਕਰਕੇ ਜਿਨ੍ਹਾਂ ਨੂੰ ਧੱਕਾ ਮਿਲਦਾ, ਉਹਨਾਂ ਵਾਸਤੇ ਕੋਈ ਹੁਣ ਇਹੋ ਜਿਹੀ ਥਾਂ ਨਹੀਂ ਦਿਸਦੀ ਜਿਹਤੇ ਅੱਗੇ ਜਾ ਕੇ ਉਹ ਫਰਿਆਦ ਕਰਨ, ਕਿਉਂਕਿ ਮਾਲਕ ਦੀ ਦਰਗਾਹ ਦੇ ਵਿੱਚੋਂ ਉਹਨਾਂ ਨੂੰ ਧੱਕਾ ਦੇ ਦਿੱਤਾ ਗਿਆ। ਹੁਣ ਉਹ ਕਿਹਦੇ ਅੱਗੇ ਜਾ ਕੇ ਫਰਿਆਦ ਕਰਨੇ? ਮਹਾਰਾਜ ਨੇ ਕੁਐਸਚਨ ਮਾਰਕ ਲਾਇਆ, ਸਵਾਲ ਖੜ੍ਹਾ ਕੀਤਾ ਵੀ ਕਿਹਨੂੰ ਜਾ ਕੇ ਫਰਿਆਦ ਕਰਨ, ਕਿਹਦੇ ਅੱਗੇ ਤਰਲਾ ਲੈਣ? ਅਤੇ ਮਹਾਰਾਜ ਆਪ ਹੀ ਜਵਾਬ ਦਿੰਦੇ ਹੈ, ਸਤਿਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ। ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹ ਹੈ ਕਿ ਸਤਿਗੁਰੂ ਦੀ ਸ਼ਰਨੀ ਜਾ ਪੈਣ, ਉਹਨਾਂ ਕੋਲ ਇੱਕੋ ਹੀ ਆਪਸ਼ਨ ਹੈ, ਇਹਾ ਕਰਨੀ ਸਾਰ। ਸਾਰ ਦਾ ਅਰਥ ਹੈ ਸ੍ਰੇਸ਼ਟ, ਸ੍ਰੇਸ਼ਟ ਕਰਨੀ ਜਿਹੜੀ ਸਭ ਨਾਲੋਂ ਚੰਗਾ ਕਰਮ ਇਹ ਹੈ ਕਿ ਉਹ ਜਾ ਕੇ ਗੁਰੂ ਦੀ ਸ਼ਰਨ ਦੇ ਵਿੱਚ ਡਿੱਗ ਪੈਣ। ਅਤੇ ਗੁਰੂ ਕੀ ਕਰਨ ਵਾਲਾ ਹੈ? ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ। ਕਹਿੰਦੇ ਸਤਿਗੁਰੂ ਖੋਟਿਆਂ ਤੋਂ ਖਰੇ ਕਰ ਦੇਣ ਵਾਲਾ ਹੈ, ਇਹ ਉਸ ਮਾਲਕ ਦੀ ਖੇਡ ਹੈ। ਤਾਂ ਕਰਕੇ ਗੁਰੂ ਲਈ ਸ਼ਬਦ ਪਾਰਸ ਵੀ ਵਰਤਿਆ, ਵੀ ਜਿਵੇਂ ਪਾਰਸ ਲੋਹੇ ਨੂੰ ਛੂੰਹਦਾ ਹੈ ਅਤੇ ਉਹਨੂੰ ਸੋਨਾ ਕਰ ਦਿੰਦਾ, ਤਾਂਬਾ ਉਹਦੇ ਨਾਲ ਛੂਹ ਜਾਏ ਅਤੇ ਉਹਨੂੰ ਉਹ ਕੰਚਨ ਸੋਨਾ ਕਰ ਦਿੰਦਾ। ਅਤੇ ਮਹਾਰਾਜ ਕਹਿੰਦੇ ਆ, ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ, ਕਿੰਨੇ ਜੀਵਨ ਖੋਟੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਆਸਾਮ ਦੀ ਧਰਤੀ 'ਤੇ ਗੁਹਾਟੀ ਵਾਲੇ ਪਾਸੇ ਜਾਦੂਗਰਨੀਆਂ, ਜਿਨ੍ਹਾਂ ਦਾ ਜੀਵਨ ਹੀ ਨਾਟਕਾਂ ਚੇਟਕਾਂ ਵਿੱਚ ਲੰਘਦਾ ਸੀ, ਉਹਨਾਂ ਦੇ ਜੀਵਨ ਨੂੰ ਖੋਟੇ ਤੋਂ ਖਰਾ ਕਰ ਦਿੱਤਾ। ਸੱਜਣ ਠੱਗ ਵਰਗੇ ਖੋਟੇ ਸਨ, ਉਹਨਾਂ ਨੂੰ ਖਰੇ ਕਰ ਦਿੱਤਾ। ਭੂਮੀਏ ਵਰਗੇ ਖੋਟੇ ਸਨ, ਉਹਨਾਂ ਨੂੰ ਖਰੇ ਕਰ ਦਿੱਤਾ। ਮਲਕ ਭਾਗੋ ਵਰਗੇ ਖੋਟੇ ਸਨ, ਉਹਨਾਂ ਨੂੰ ਮਾਲਕ ਨੇ ਖਰੇ ਕਰ ਦਿੱਤਾ। ਭਾਵ ਕਿ ਜੀਵਨ ਦੇ ਵਿੱਚ ਪਲਟਾ ਆ ਗਿਆ, ਵਿਕਾਰਾਂ ਔਗਣਾਂ ਦੇ ਵਿੱਚ ਜ਼ਿੰਦਗੀ ਗਵਾਚਰੀ, ਗੁਰੂ ਦੀ ਸ਼ੋਅ ਪ੍ਰਾਪਤ ਹੋਈ, ਅਤੇ ਮਾਲਕ ਨੇ ਉਹ ਜਿਹੜੇ ਖੋਟੇ ਸਨ ਉਹਨਾਂ ਨੂੰ ਖਰੇ ਕਰਦਿਆਂ ਦੇਰ ਨਾ ਲਾਈ।
ਸਾਹਿਬ ਕਹਿੰਦੇ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ। ਉਹ ਭਾਈ ਸ਼ਬਦ ਦੇ ਨਾਲ ਗੁਰੂ ਦਾਤਾ ਇਸੇ ਜੀਵਨਾਂ ਨੂੰ ਜਿਹੜਾ ਉਹ ਸਵਾਰ ਦਿੰਦਾ ਹੈ, ਬਣਾ ਦਿੰਦਾ ਹੈ। ਇਹ ਉਹਦੇ ਸ਼ਬਦ ਦੇ ਵਿੱਚ ਸਮਰੱਥਾ ਹੈ, ਉਹਦੇ ਸ਼ਬਦ ਦੀ ਤਾਕਤ ਹੈ, ਇਹ ਉਸ ਮਾਲਕ ਦੀ ਰਹਿਮਤ ਹੈ। ਫਿਰ ਕਹਿੰਦੇ ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਪਿਆਰ। ਸਤਿਗੁਰੂ ਦੇ ਬਖਸ਼ੇ ਪ੍ਰੇਮ ਪਿਆਰ ਦੇ ਕਾਰਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਜੀਵ ਜਿਹੜੇ ਨੇ ਉਹ ਆਦਰ ਪਾਉਂਦੇ। ਗਣਤ ਤਿੰਨਾਂ ਦੀ ਕੋ ਕਿਆ ਕਰੇ ਜੇ ਆਪ ਬਖਸ਼ੇ ਕਰਤਾਰ। ਕਹਿੰਦੇ ਗਣਤ ਦਾ ਅਰਥ ਹੁੰਦਾ ਗਿਣਤੀ, ਫਿਰ ਉਹਨਾਂ ਦਾ ਲੇਖਾ ਜੋਖਾ ਕੌਣ ਕਰ ਸਕਦਾ। ਗਣਤ ਤਿੰਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਕਹਿੰਦੇ ਕਰਤਾਰ ਨੇ ਜਿਨ੍ਹਾਂ ਨੂੰ ਆਪ ਬਖਸ਼ ਲਿਆ ਉਹਨਾਂ ਦਾ ਐਬ ਜੋਈ ਭਾਵ ਕਿ ਉਹਨਾਂ ਦੇ ਔਗਣ ਨਹੀਂ ਫਿਰ ਕੋਈ ਗਿਣ ਸਕਦਾ। ਡਾਕਟਰ ਜਸਵੰਤ ਸਿੰਘ ਨੇਕੀ ਹੁਣਾਂ ਨੇ ਬੜੀ ਸੁੰਦਰ ਇੱਕ ਛੋਟੀ ਜਿਹੀ ਗਾਥਾ ਲਿਖੀ। ਉਹ ਕਹਿੰਦੇ ਵੀ ਮੈਨੂੰ ਛੋਟੇ ਹੁੰਦਿਆਂ ਘਰ ਦੇ ਵਿੱਚੋਂ ਪੁਰਾਣਾ ਸਮਾਂ ਸੀ, 50 ਪੈਸੇ ਪ੍ਰਾਪਤ ਹੋਏ ਅਤੇ ਭਾਵੇਂ ਘਰਦਿਆਂ ਨੇ ਕਈ ਵਾਰ ਉਹ ਦੇ ਕੇ ਤੋਰਿਆ, ਦੁਕਾਨ ਤੋਂ ਮੁੜ ਵੀ ਆਉਂਦੇ, ਚੱਲਦੇ ਨਾ ਵੀ ਇਹ ਖੋਟੇ ਨੇ, ਲੇਕਿਨ ਫਿਰ ਵੀ ਮੈਂ ਉਹਨਾਂ ਨੂੰ ਜੇਬ 'ਚ ਰੱਖਦਾ ਅਤੇ ਸੁੱਟਿਆ ਨਾ ਕਦੀ, ਮਨ 'ਚ ਐਂ ਰਹਿੰਦਾ ਵੀ ਸ਼ਾਇਦ ਚੱਲ ਜਾਣ। ਇੱਕ ਦਿਨ ਕਹਿੰਦੇ ਛੁੱਟੀ ਹੋਈ, ਮੈਂ ਸਕੂਲ ਤੋਂ ਆ ਰਿਹਾ ਸਾਂ, ਰਸਤੇ ਵਿੱਚ ਇੱਕ ਫਕੀਰ ਮਿਲਿਆ। ਉਹ ਕਹਿੰਦਾ ਪੁੱਤਰਾ ਮੈਨੂੰ ਭੁੱਖ ਬੜੀ ਹੈ, ਕੁਝ ਨਾ ਕੁਝ ਖਵਾ ਦੇ। ਕਹਿੰਦੇ ਜਦੋਂ ਆਖਿਆ ਭੁੱਖ ਬੜੀ ਲੱਗੀ ਤਾਂ ਮੈਂ ਆਪਣੀ ਜੇਬ 'ਚ ਹੱਥ ਮਾਰਿਆ ਅਤੇ ਮੈਂ ਆਖਿਆ ਬਾਬਾ ਮੇਰੇ ਕੋਲ ਕੋਈ ਪੈਸਾ ਟਕਾ ਕੋਈ ਨਹੀਂ, ਆ ਇੱਕ 50 ਪੈਸੇ ਨੇ, ਇਹ ਵੀ ਖੋਟੇ ਨੇ, ਚੱਲਦੇ ਨਹੀਂ। ਅਤੇ ਕਹਿੰਦੇ ਉਹਨੇ ਮੈਨੂੰ ਆਖਿਆ ਜਾ ਤੂੰ ਇੱਕ ਰਾਂ ਲੈ ਕੇ ਜਾ, ਉਹਦੀ ਰਜ਼ਾ ਹੋਵੇ ਅਤੇ ਕਈ ਵਾਰ ਖੋਟੇ ਵੀ ਚੱਲ ਜਾਂਦੇ। ਕਹਿੰਦੇ ਉਹ ਜਾ ਕੇ ਦੁਕਾਨਦਾਰ ਨੂੰ ਉਹਨੇ ਪਕੜਾਏ 50 ਪੈਸੇ, ਆਖਿਆ ਵੀ ਆਹ ਚੀਜ਼ ਚਾਹੀਦੀ, 4 ਆਨੇ ਦੀ ਆਈ ਅਤੇ 4 ਆਨੇ ਜਿਹੜੇ ਨੇ ਉਹ ਦੁਕਾਨਦਾਰ ਨੇ ਵਾਪਸ ਦੇ ਦਿੱਤੇ। ਅਤੇ ਉਹਨਾਂ ਪੁੱਛਿਆ, ਕਹਿੰਦੇ ਜੀ ਇਹ ਤਾਂ ਤੁਸੀਂ ਇਹ ਤਾਂ ਖੋਟੇ ਸਨ, ਪਹਿਲਾਂ ਕਦੇ ਚੱਲੇ ਨਹੀਂ ਅਤੇ ਅੱਜ ਇਹ ਕਿਵੇਂ ਚੱਲ ਗਏ? ਅਤੇ ਅੱਗੋਂ ਜਿਹੜਾ ਜਵਾਬ ਮਿਲਿਆ, ਜਿਹੜਾ ਉੱਤਰ ਮਿਲਿਆ, ਉੱਤਰ ਇਹ ਸੀ, ਆਖਿਆ ਬਈ ਇਹ ਮਾਲਕ ਦੀ ਖੇਡ ਹੈ, ਜਦੋਂ ਚਾਹੇ ਅਤੇ ਸਾਡੀ ਇੱਛਾ ਸਾਡੀ ਭਾਵਨਾ ਠੀਕ ਹੋਵੇ ਅਤੇ ਉਹ ਮਾਲਕ ਉਹ ਦਾਤਾ ਕਈ ਵਾਰੀ ਖੋਟਿਆਂ ਨੂੰ ਵੀ ਖਰੇ ਕਰ ਦਿੰਦਾ, ਉਹ ਖੋਟਿਆਂ ਨੂੰ ਵੀ ਖਰੇ ਕਰਨ ਵਾਲਾ ਹੈ। ਤਾਂ ਕਰਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਉਹਦੇ ਦਰ 'ਤੇ ਭਾਵਨਾ ਨਾਲ ਜਾ ਕੇ ਖੜਾ ਹੋਵੇਂਗਾ ਅਤੇ ਤੇਰਾ ਜੀਵਨ ਕਿੰਨਾ ਵੀ ਜਿਹੜਾ, ਜਿਵੇਂ ਗੁਰੂ ਨਾਨਕ ਸਾਹਿਬ ਦਾ ਹੀ ਬਚਨ ਸੁਣਿਆ, ਗੁਰੂ ਅਮਰਦਾਸ ਮਹਾਰਾਜ ਨੇ ਮਾਰੂ ਰਾਗ ਵਿੱਚ ਉਚਾਰਨ ਕੀਤਾ ਸ਼ਬਦ ਗੁਰੂ ਨਾਨਕ ਸਾਹਿਬ ਦਾ, ਜਿੱਦਣ ਪਹਿਲੀ ਵਾਰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ, ਜੋ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਭਾਈ ਜੱਸੂ ਨਾਲ ਵਿਆਹੀ ਹੋਈ ਸੀ, ਉਹਦੀ ਰਸਨਾ ਤੋਂ ਇਹ ਸ਼ਬਦ ਸੁਣਿਆ। ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਕਹਿੰਦੇ ਜਦੋਂ ਇਹ ਸ਼ਬਦ ਸੁਣਿਆ ਉਹਦੇ ਵਿੱਚ ਬੋਲ ਸਨ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਮਨੂਰ ਕਹਿੰਦੇ ਆ ਜਿਹੜਾ ਲੋਹਾ ਬਿਲਕੁਲ ਸੜ ਜਾਂਦਾ, ਜਿਵੇਂ ਆਪਾਂ ਇੱਟਾਂ ਦੇ ਵਿੱਚ ਵੇਖਦੇ ਨਾ ਵੀ ਇੱਟਾਂ ਇੰਨੀ ਕੁ ਸੜ ਜਾਂਦੀ, ਜਿਹਨੂੰ ਅਸੀਂ ਖਿੰਗਰ ਕਹਿੰਦੇ, ਖਿੰਗਰ ਤੋਂ ਵੀ ਅੱਗੇ ਇੰਨੀ ਕੁ ਟੇਢੀ ਵਿੰਗੀ ਅਤੇ ਇਸ ਤਰ੍ਹਾਂ ਦੀ ਕਾਲੀ ਹੋ ਜਾਂਦੀ ਵੀ ਕਿਸੇ ਪਾਸੇ ਲੱਗਦੀ ਨਹੀਂ। ਇਸ ਤਰ੍ਹਾਂ ਲੋਹਾ ਵੀ ਸੜਦਾ ਅਤੇ ਬਿਲਕੁਲ ਮਨੂਰ ਹੋ ਗਿਆ, ਕਿਸੇ ਕੰਮ ਨਹੀਂ ਆਉਂਦਾ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਇੱਕ ਨਾਮ ਅੰਮ੍ਰਿਤੋ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਹਾ। ਕਹਿੰਦੇ ਜਿਵੇਂ ਉਹ ਲੋਹਾ ਸੜਿਆ ਹੋਇਆ ਅਤੇ ਲੁਹਾਰ ਵੀ ਚੁੱਕ ਕੇ ਬਾਹਰ ਸੁੱਟ ਦੇਵੇ ਅਤੇ ਆਖੇ ਇਹਦਾ ਹੁਣ ਕੁਝ ਨਹੀਂ ਬਣ ਸਕਦਾ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਕਿਤੇ ਉਹਦੇ ਵਿੱਚ ਕਣ ਹੈਗੇ ਆ ਜੇ ਲੋਹੇ ਦੇ, ਪਰ ਜੇ ਉਹਨੂੰ ਪਾਰਸ ਛੂਹ ਜਾਏ ਤਾਂ ਉਹ ਲੋਹਾ ਜਿਹੜਾ ਸੋਨੇ ਦਾ ਰੂਪ ਧਾਰਨ ਕਰ ਸਕਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਜੀਵਨ ਜਿਨ੍ਹਾਂ ਨੂੰ ਸਭ ਪਾਸਿਆਂ ਤੋਂ ਜਵਾਬ ਮਿਲ ਜਾਏ ਵੀ ਤੂੰ ਤਾਂ ਇੰਨਾ ਕੁ ਪਾਪੀ ਹੈ, ਤੂੰ ਤਾਂ ਇੰਨਾ ਕੁ ਗੁਨਾਹਗਾਰ ਹੈ, ਤੂੰ ਤਾਂ ਇੰਨੇ ਕੁ ਗੁਨਾਹ ਕੀਤੇ ਨੇ, ਤੇਰਾ ਕੁਝ ਨਹੀਂ ਹੋ ਸਕਦਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਗੁਰੂ ਉਹਨਾਂ ਨੂੰ ਵੀ ਚੁੱਕ ਕੇ ਗੱਲ ਨਾਲ ਲਾਉਂਦਾ ਹੈ ਅਤੇ ਐਸੇ ਐਸੇ ਜੀਵਨ ਜਿਨ੍ਹਾਂ ਨੂੰ ਸਵਾਰਦਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਵਾਰਦਾ ਇਹੋ ਜਿਹਾ ਹੈ ਕਿ ਜਦੋਂ ਉਹਨਾਂ ਨੂੰ ਗੁਰੂ ਨੇ ਬਖਸ਼ ਲਿਆ ਉੱਥੇ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਲੇਖਾ ਜੋਖਾ ਨਹੀਂ ਫਿਰ ਹੁੰਦਾ। ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੇ ਜਗਦੀਸ਼। ਕਹਿੰਦੇ ਉਹਨਾਂ ਦਾ ਲੇਖਾ ਜਿਹੜਾ ਫਿਰ ਮਾਲਕ ਪਰਮੇਸ਼ਰ ਵੀ ਨਹੀਂ ਗਿਣਦਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਆਪ ਹੀ ਇਸ ਕੁਦਰਤ ਨੂੰ ਸਾਜਣ ਵਾਲਾ ਹੈ, ਪਰਖ ਕਰਨ ਵਾਲਾ ਉਹ ਆਪ ਹੈ। ਅਤੇ ਮਹਾਰਾਜ ਕਹਿੰਦੇ ਇਹ ਵੀ ਚੇਤਾ ਰੱਖੀਏ, ਸੰਸਾਰ ਦੇ ਉੱਤੇ ਕੋਈ ਖੋਟੇ ਨੂੰ ਖਰਾ ਕਹਿ ਸਕਦਾ, ਖਰੇ ਨੂੰ ਖੋਟਾ ਕਹਿ ਸਕਦਾ,
ਪਰ ਉਸ ਮਾਲਕ ਦੀ ਦਰਗਾਹ ਦੇ ਵਿੱਚ ਉੱਥੇ ਸੱਚੇ ਹੀ ਸੱਚ ਨਿਬੜੈ। ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਿਆ ਨਾ, ਸਤਿਗੁਰੂ ਦੇ ਬਖਸ਼ੇ ਪ੍ਰੇਮ ਪਿਆਰ ਦੇ ਕਾਰਨ ਸੱਚੀ ਦਰਗਹਿ ਮੰਨੀਅਨ, ਗੁਰ ਕੈ ਪ੍ਰੇਮ ਪਿਆਰ, ਕਹਿੰਦੇ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਨੂੰ ਆਦਰ ਮਿਲਦਾ, ਬਈ ਇਹ ਗੁਰੂ ਦੇ ਸਵਾਰੇ ਹੋਏ ਨੇ। ਜਿਨ੍ਹਾਂ ਨੂੰ ਗੁਰੂ ਨੇ ਸਵਾਰ ਦਿੱਤਾ, ਉਹਨਾਂ ਦੇ ਜੀਵਨ ਵਿੱਚੋਂ ਔਗਣ ਖਤਮ ਕਰ ਦਿੱਤੇ, ਕਹਿੰਦੇ ਉਹ ਮਾਲਕ ਦੀ ਦਰਗਾਹ ਦੇ ਵਿੱਚ ਵੀ ਆਦਰ ਪਾਉਂਦੇ ਨੇ। ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਉ। ਅਤੇ ਮਹਾਰਾਜ ਅਖੀਰਲੀ ਪੰਕਤੀ ਕਹਿੰਦੇ ਗਣਤ ਤਿਨਾਂ ਦੀ ਕੋ ਕਿਆ ਕਰੈ, ਜੋ ਆਪ ਬਖਸ਼ੇ ਕਰਤਾਰ। ਜਿਨ੍ਹਾਂ ਨੂੰ ਕਰਤਾਰ ਨੇ, ਨਿਰੰਕਾਰ ਨੇ, ਪਰਮੇਸ਼ਰ ਨੇ ਬਖਸ਼ ਲਿਆ, ਫਿਰ ਕਹਿੰਦੇ ਉਹਨਾਂ ਦੀ ਗਣਤ, ਉਹਨਾਂ ਦੀ ਗਿਣਤੀ ਕੌਣ ਕਰ ਸਕਦਾ ਹੈ? ਉਹਨਾਂ ਦੀ ਗਿਣਤੀ ਭਾਵ ਕਿ ਉਹਨਾਂ ਦਾ ਲੇਖਾ ਜੋਖਾ ਨਹੀਂ, ਉਹ ਲੇਖੇ ਜੋਖੇ ਦੀ ਦੁਨੀਆਂ ਦੇ ਵਿੱਚੋਂ ਬਾਹਰ ਹੋ ਗਏ, ਮਾਲਕ ਨੇ ਅਸੀਂ ਬਖਸ਼ਿਸ਼ ਕਰ ਦਿੱਤੀ। ਸਾਹਿਬ ਕਹਿੰਦੇ ਉਹ ਉਸ ਮਾਲਕ ਦੇ ਦਰ 'ਤੇ ਪ੍ਰਵਾਨ ਚੜ੍ਹ ਗਏ ਜੀਵਨ, ਉਹਦੇ ਦਰ 'ਤੇ ਉਸ ਮਾਲਕ ਦੇ ਘਰ ਦੇ ਵਿੱਚ ਉਹ ਜੀਵਨ ਜਿਹੜੇ ਨੇ ਕਬੂਲ ਪੈ ਗਏ। ਉਸ ਮਾਲਕ ਨੇ ਐਸੀ ਕਿਰਪਾ ਕਰ ਦਿੱਤੀ ਉਹਨਾਂ ਦੇ ਜੀਵਨ ਵਿੱਚ, ਉਹਨਾਂ ਨੂੰ ਫਿਰ ਕੋਈ ਲੇਖਾ ਕੋਈ ਨਾ ਪੁੱਛੇ ਹੀ, ਜਾਂ ਹਰ ਬਖਸ਼ਣ ਦਾ ਆਨੰਦ ਪਾਇਆ, ਸੁੱਖ ਪਾਇਆ, ਮਿਲ ਗੁਰ ਗੋਬਿੰਦਾ। ਉਹ ਮਾਲਕ ਦੇ ਦਰ 'ਤੇ ਜੀਵਨ ਕਬੂਲ ਪੈ ਗਏ, ਪ੍ਰਵਾਨ ਚੜ੍ਹ ਗਏ। ਸਤਿਗੁਰੂ ਦਾਤਾ ਮਿਹਰ ਕਰੇ, ਅਸੀਂ ਵੀ ਸਾਹਿਬ ਦੇ ਦਰ 'ਤੇ ਅਰਦਾਸ ਕਰੀਏ, ਮਹਾਰਾਜ ਖੋਟੇ ਹਾਂ, ਤੂੰ ਦਇਆ ਕਰ, ਕਿਰਪਾ ਕਰ, ਤੇਰੀ ਬਖਸ਼ਿਸ਼ ਹੋ ਜਾਏ, ਤੂੰ ਮਿਹਰ ਕਰੇ ਅਤੇ ਸਾਡੇ ਵਰਗੇ ਖੋਟਿਆਂ ਨੂੰ ਵੀ ਖਰੇ ਕਰਨ ਵਾਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।